ਹੁਸੈਨ ਇਹਨਾਂ ਬੱਚਿਆਂ ਤੱਕ ਖਬਰਾਂ ਪਹੁੰਚੀਆਂ ਨਾ ਇੰਜ ਹਸਨੈਨ ਦੌੜਦੇ ਆ ਰਹੇ ਨੇ ਕਹਿਣ ਲੱਗੇ ਓਏ ਪਾਸ਼ਾ ਚਾਚੂ ਖਬਰਦਾਰ ਖਬਰਦਾਰ ਨਾਨਾ ਅਬੂ ਨੂੰ ਪੁੱਛ ਨਾ ਆਖੀ ਨਾਨਿਆਂ ਜੀ ਵੱਲੋਂ ਬਦਲਾ ਦੇਣ ਵਾਸਤੇ ਅਸੀਂ ਤਿਆਰ ਆ ਇਹ ਬੰਦਾ ਤੇ ਖੇੜੇ ਪੈ ਗਿਆ ਏ ਕਹਿਣ ਲੱਗਾ ਮੈਂ ਬਦਲਾ ਵੀ ਲੈਣਾ ਤੇ ਮੁਹੰਮਦ ਮੁਸਤਫਾ ਕੋਲੋਂ ਲੈਣਾ ਏ ਸੱਲੱਲਾਹੁ ਅਲੈਹਿ ਵਸੱਲਮ ਕਹਿਣ ਲੱਗਾ ਜਨਾਬ ਆਪਣੇ ਕਮਰ ਮੁਬਾਰਕ ਤੋਂ ਕੱਪੜਾ ਉਠਾਓ ਨਾ ਜਦੋਂ ਤੁਸਾਂ ਮੈਨੂੰ ਛੜੀ ਮਾਰੀ ਮੇਰਾ ਜਿਸਮ ਨੰਗਾ ਤੇ ਮੇਰੇ ਆਕਾ ਨੇ ਇੰਜ ਆਪਣੀ ਮੁਬਾਰਕ ਕਮਰ ਤੋਂ ਕੱਪੜਾ ਉਠਾਇਆ ਇਹਨੇ ਇੰਜ ਸੋਟੀ ਪਕੜੀ ਏ ਕਹਿਣ ਲੱਗਾ ਮੈਂ ਸੋਟੀ ਨਾਲ ਹੀ ਬਦਲਾ ਲੈਣਾ ਇੰਜ ਨਬੀ ਪਾਕ ਨੇ ਕਮਰ ਤੋਂ ਕਮੀਜ਼ ਉਠਾਇਆ ਇੰਜ ਸੋਟੀ ਨੂੰ ਇੰਜ ਜ਼ਮੀਨ ਤੇ ਰੱਖ ਕੇ ਇਹਨੂੰ ਤੋੜ ਕੇ ਸੁੱਟ ਦੇਣਾ ਏ ਤੇ ਤੋੜ ਕੇ ਆਮਨਾ ਤੇ ਲਾਲ ਦੀ ਮੋਹਰੇ ਨਬੂਵਤ ਨੂੰ ਚਿਮੜ ਜਾਂਦਾ ਏ ਨਾਲੇ ਰੋਈ ਜਾਂਦਾ ਨਾਲੇ ਚੁੰਮੀ ਜਾਂਦਾ ਏ ਇੰਜ ਨਬੀ ਪਾਕ ਨੂੰ ਛੱਪਾ ਮਾਰ ਕੇ ਬੈਠਾ ਏ ਨਾਲੇ ਰੋਈ ਜਾਂਦਾ ਨਾਲੇ ਚੁੰਮੀ ਜਾਂਦਾ ਏ ਕਹਿ ਲਗਾ ਸੋਹਣਿਆ ਇਹ ਤੇ ਮੈਂ ਬਹਾਨੇ ਬਣਾ ਰਿਹਾ ਸਾ ਅਸਲ ਮੇਰੇ ਦਿਲ ਦੀ ਤਮੰਨਾ ਤਿਆਰ ਸੋਏ ਸੀ ਕਿ ਮੇਰਾ ਜਿਸਮ ਤੁਹਾਡੇ ਜਿਸਮ ਨਾਲ ਲੱਗ ਜਾਏਗਾ ਇਸੇ ਬਹਾਨੇ ਅੱਲਾ ਮੇਰੇ ਤੋਂ ਜਹੰਨਮ ਦੀ ਅੱਗ ਨੂੰ ਹਰਾਮ ਕਰ ਛੱਡੇਗਾ ਮੇਰੇ ਭਾਈ ਮੇਰੇ ਬਰਾਦਰ ਮੇਰੇ ਅਕਾਲੀ ਸਲਾਮ ਦੁਨੀਆ ਦਾ ਸਫ਼ਰ ਮੁਕਾ ਰਾਮ ਦਸ ਰਬੀਉਲ ਅਵਲ ਆ ਗਈ ਕਿੰਨੀ ਰਬੀਉਲ ਅਵਲ ਦਸ ਰਬੀਉਲ ਅਵਲ ਦਾ ਦਿਨ ਚੱਕਾਂ ਦੇ ਪੀਰ ਰੱਬ ਦੇ ਹਬੀਬ ਅਲੈਹਿ ਸਲਾਤੁਮ ਸਲਾਮ ਮੇਰੇ ਆਕਾ ਜ਼ੋਹਰ ਦੀ ਨਿਮਾਲ ਪੜ੍ਹਾਉਣ ਵਾਸਤੇ ਆਕਾ ਮਸਜਿਦ ਦੇ ਅੰਦਰ ਤਸ਼ਰੀਫ ਲਿਆਏ ਨੇ ਮੈਂ ਕੁਰਬਾਨ ਸ਼ਾਮ ਆਖਰੀ ਨਿਮਾਲ ਜਿਹੜੀ ਮੇਰੇ ਪੈਗੰਬਰ ਅਲੈਹਿ ਸਲਾਮ ਨੇ ਆਪਣੇ ਸਹਾਬਾ ਨੂੰ ਜ਼ਿੰਦਗੀ ਦੀ ਆਖਰੀ ਨਿਮਾਲ ਪੜ੍ਹਾਈ ਹੈ ਉਹ ਦਸ ਰਬੀਉਲ ਅਵਲ ਜ਼ੋਹਰ ਦੀ ਨਿਮਾਦ ਮੇਰੇ ਆਕਾ ਲਈ ਸਲਾਮ ਨੇ ਬਣਾਈ ਤੇ ਛੱਕਾਂ ਦੇ ਪੀਰ ਅੱਗੇ 11 ਰਬੀਉਲ ਅਵਲ ਆ ਗਿਆ ਅੱਗੇ 12 ਰਬੀਉਲ ਅਵਲ ਆ ਗਿਆ ਤੇ ਮੇਰੇ ਆਕਾ ਇਹਨਾਂ ਦਿਨਾਂ ਦੇ ਅੰਦਰ ਆਪਦਾ ਜਿਸਮ ਮੁਬਾਰਕ ਕਮਜ਼ੋਰ ਹੋ ਰਿਹਾ ਹੈ ਜਿਸਮ ਅੰਦਰ ਕਮਜ਼ੋਰੀ ਤੇ ਨੁਕਾਹਤ ਬੜਦੀ ਜਾ ਰਹੀ ਹੈ ਮੇਰੇ ਨਬੀ 11-12 ਤਾਰੀਖ ਨੂੰ ਮਸਜਿਦ ਵਿੱਚ ਆ ਕੇ ਨਿਮਾਜ਼ ਨਹੀਂ ਪੜਾ ਸਕੇ 11 ਰਬੀਉਲ ਅਵਲ ਦਾ ਦਿਨ ਚੜਿਆ ਤੇ ਕਾਇਨਾਤ ਦੇ ਇਮਾਮ ਪੈਗੰਬਰ ਅਲੈਹਿ ਸਲਾਮ ਫਰਮਾਉਂਦੇ ਨੇ ਲਿਆਓ ਨਾ ਮੇਰੇ ਤੇ ਕੋਈ 7 ਖੂਹਾਂ ਦਾ ਪਾਣੀ ਇਕੱਠਾ ਕਰਕੇ ਲਿਆਓ ਨਾ ਅੱਜ ਖਸ਼ੀ ਤੇ ਖਸ਼ੀ ਤਾਰੀ ਹੋ ਰਹੀ ਹੈ ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਨੂੰ ਸਾਰਾ ਹੋਸ਼ ਆਇਆ ਨਾ ਆ ਫਰਮਾਉਂਦੇ ਨੇ ਆਇਸ਼ਾ ਵਾਲਾ ਦੱਸੋ ਨਾ ਸਹਾਬਾ ਨੇ ਨਿਮਾਜ਼ ਪੜ੍ਹ ਲਈ ਹੈ ਕਿ ਨਹੀਂ ਹਜ਼ਰਤ ਬਿਲਾਲ ਰਜ਼ੀ ਅੱਲਾਹ ਤਾਲਾ ਅਨਹੁ ਅੱਜ ਨਾਲ ਹੀ ਤੇ ਨਮਾਜ਼ ਦੀ ਆਸ਼ਾ ਦਾ ਹੁਸਰਾ ਹਜ਼ਰਤ ਬਿਲਾਲ ਆਸਾਨ ਕਹਿ ਕੇ ਤੇ ਮਾਂ ਐਸ਼ਾ ਦੇ ਹੁਜਰੇ ਦੇ ਨਾਲ ਦੀ ਨਾਲ ਜਿਹੜੀ ਦੀਵਾਰ ਇਹਦੇ ਕਰੀਬ ਖੜੇ ਹੋ ਕੇ ਜਿੱਥੇ ਮਸਜਿਦ ਤੇ ਹੁਜਰੇ ਦੇ ਦਰਮਿਆਨ ਗ੍ਰਿਲ ਲੱਗੀ ਹੈ ਖਿੜਕੀ ਲੱਗੀ ਹੈ ਹਜ਼ਰਤ ਬਿਲਾਲ ਆਸਾਨ ਕਹਿ ਕੇ ਇਸ ਗ੍ਰਿਲ ਦੇ ਕੋਲ ਆ ਕੇ ਇੰਜ ਹੁਜਰੇ ਵੱਲ ਮੂੰਹ ਕਰਕੇ ਫਰਮਾ ਰਿਹਾ ਨੇ ਅਸਲਾਤ 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 ਆਕਾ ਨਿਮਾਜ਼ ਨਿਮਾਜ਼ ਦਾ ਟਾਈਮ ਹੋ ਗਿਆ ਮਾਂ ਐਸ਼ਾ ਕਹਿਣ ਲੱਗੀਆਂ ਮਹਬੂਬ ਜੀ ਆ ਵੇਖੋ ਸਿਹਾਬਾ ਦੀਆਂ ਸਫਾਂ ਲੱਗੀਆਂ ਨੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਛਾਓ ਛਾ ਕੇ ਨਿਮਾਜ਼ ਪੜ੍ਹਾ ਦਿਓ ਤੇ ਮੇਰੇ ਆਕਾ ਫਰਮਾਉਂਦੇ ਨੇ ਆਇਸ਼ਾ ਮੇਰੇ ਕੋਲੋਂ ਨਹੀਂ ਚੱਲਿਆ ਜਾਂਦਾ ਐਸ਼ਾ ਕਮਜ਼ੋਰੀ ਇੰਨੀ ਹੋ ਗਈ ਹੈ ਬੁਖਾਰ ਇੰਨੀ ਸ਼ਿੱਦਤ ਦਾ ਐਸ਼ਾ ਪਿਆਰੀਏ ਮੇਰੇ ਕੋਲੋਂ ਨਹੀਂ ਚੱਲਿਆ ਜਾਂਦਾ ਐਸ਼ਾ ਅਬੂ ਬਕਰ ਨੂੰ ਕਹਿ ਦੇ ਲੋਕਾਂ ਨੂੰ ਜਮਾਤ ਕਰਵਾ ਛੱਡੇ ਮਾਂ ਐਸ਼ਾ ਫਰਮਾਨ ਲੱਗੀਆਂ ਸੋਹਣਿਆ ਅਬੂ ਬਕਰ ਕੋਲੋਂ ਤੁਹਾਡਾ ਮੁਸੱਲਾ ਖਾਲੀ ਨਹੀਂ ਵੇਖਿਆ ਜਾਏਗਾ ਯਾਰ ਜਾਣਦੇ ਹੋ ਨਾ
ਮੈਨੂੰ ਕਈ ਬਜ਼ੁਰਗ ਐਸੇ ਮਿਲਦੇ ਨੇ ਉਹ ਆਂਦੇ ਨੇ ਜੀ ਹਜ਼ਰਤ ਅਲਾਮਾ ਸ਼ਹੀਦ ਰਹਿਮਤੁਲਾ ਅਲੈ ਉਹ ਚੀਨੀਆਂ ਵਾਲੀ ਮਸਜਿਦ ਜੁਮਾ ਪੜਾਉਂਦੇ ਸਨ ਅਸੀਂ ਅਲਾਮਾ ਸ਼ਹੀਦ ਪਿੱਛੇ ਜੁਮੇ ਪੜ੍ਹਦੇ ਰਹਿਆ ਜਦੋਂ ਦੇ ਅਲਾਮਾ ਸ਼ਹੀਦ ਚਲੇ ਗਏ ਨੇ ਅਸੀਂ ਚੀਨੀਆਂ ਵਾਲੀ ਮਸਜਿਦ ਨਹੀਂ ਕਦੇ ਗਿਆ ਮੈਂ ਆਖਿਆ ਜੀ ਕਿਉਂ ਨਹੀਂ ਜਾਂਦੇ ਹੋ ਕਹਿੰਦੇ ਨੇ ਜੀ ਅਲਾਮਾ ਸ਼ਹੀਦ ਦਾ ਜਦੋਂ ਮਿੰਬਰ ਤੇ ਮੁਸੱਲਾ ਖਾਲੀ ਨਜ਼ਰ ਆਉਂਦਾ ਏ ਸਾਡੀਆਂ ਅੱਖਾਂ ਡੁੱਲ ਪੈਂਦੀਆਂ ਨੇ ਯਾਰ ਅਸੀਂ ਦੁਨੀਆ ਦਾ ਨਿਜ਼ਾਮ ਦੇਖਿਆ ਏ ਇੱਥੇ ਕਿਸੇ ਖਤੀਬ ਨੂੰ ਕਿਸੇ ਮੌਲਵੀ ਸਾਹਿਬ ਨੂੰ ਮਸਜਿਦ ਵਾਲੇ ਬੇਵਫਾਈ ਕਰਕੇ ਉਹਨੂੰ ਮਸਜਿਦ ਚੋਂ ਕੱਢਦੇ ਇੱਕ ਆਲਮੇ ਧੀਰ ਇੱਕ ਅਰਸਾ ਦਰਾਰ 18-20-23 ਸਾਲ ਦਾ ਅਰਸਾ ਇੱਕ ਮਸਜਿਦ ਅੰਦਰ ਕੁਰਾਨ ਸੁਣਾਉਂਦਾ ਤੇ ਮਾਂ ਮਸਜਿਦਾਂ ਵਾਲੇ ਬੇਵਫਾਈਆਂ ਕਰ ਜਾ ਮੁਸੱਲਾ ਖਾਲੀ ਹੋ ਜਾਏ ਮਿੰਬਰ ਖਾਲੀ ਹੋ ਜਾਏ ਅਸਾਂ ਵੇਖਿਆ ਲੋਕਾਂ ਦੀਆਂ ਮੁਹੱਬਤਾਂ ਨੂੰ ਲੋਕ ਉੱਧਰ ਦਾ ਰੁੱਖ ਨਹੀਂ ਕਰਦੇ ਲੋਕ ਆਉਂਦੇ ਨੇ ਤੁਸਾਂ ਸਾਡੇ ਖਤੀਬ ਨਾਲ ਖਤਾਰੀ ਕੀਤੀ ਏ ਬੇਵਫਾਈ ਕੀਤੀ ਏ ਅਸੀਂ ਦੁਬਾਰਾ ਨਹੀਂ ਉੱਧਰ ਦਾ ਰੁੱਖ ਕਰਾਂਗੇ ਕਿਉਂ ਨਹੀਂ ਕਰਾਂਗੇ ਜਦੋਂ ਉਹ ਮਿੰਬਰ ਤੇ ਮੁਸੱਲਾ ਖਾਲੀ ਨਜ਼ਰ ਆਏਗਾ ਉਹ ਬਹਾਰਾ ਨਜ਼ਰ ਨਹੀਂ ਆਉਣਗੀਆਂ ਅੱਖਾਂ ਡੁੱਲ ਪੈਣਗੀਆਂ ਦਿਲ ਨੂੰ ਤਕਲੀਫ ਪਹੁੰਚੇਗੀ ਯਾਰੇ ਤੇ ਸਾਡੀਆਂ ਤੁਹਾਡੀਆਂ ਮੁਹੱਬਤਾਂ ਨੇ ਇਹ ਤੇ ਆਮ ਸਾਡੇ ਤੁਹਾਡੇ ਪਿਆਰ ਨੇ ਪਰ ਲੋਕੋ ਉਹਨਾਂ ਪੈਗੰਬਰ ਤੇ ਸਹਾਬਾ ਦੀ ਮੁਹੱਬਤ ਦਾ ਅੰਦਾਜ਼ ਵੀ ਤੇ ਕੁਛ ਨਿਰਾਲਾ ਹੈ ਯਾਰ ਉਹਨਾਂ ਕੋਲ ਖਤੀਬ ਕੋਈ ਸਾਡੇ ਵਰਗਾ ਖਤੀਬ ਨਹੀਂ ਉਹਨਾਂ ਕੋਲ ਖਤੀਬ ਇਮਾਮੁਲ ਅੰਬਿਆ ਹੈ ਉਹਨਾਂ ਕੋਲ ਖਤੀਬ ਮੁਹੰਮਦ ਮੁਸਤਫਾ ਹੈ ਸੱਲੱਲਾਹੁ ਅਲੈਹਿ ਵਸੱਲਮ ਤੇ ਜਦੋਂ ਨਬੀ ਪਾਕ ਦਾ ਮੁਸੱਲਾ ਤੇ ਨਬੀ ਪਾਕ ਦਾ ਮਿੰਬਰ ਖਾਲੀ ਨਜ਼ਰ ਆਉਂਦਾ ਹੋਏਗਾ ਸਹਾਬਾ ਦੇ ਦਿਲ ਦੀ ਕੀ ਕਫੀਅਤ ਹੋਏਗੀ ਆਪ ਫਰਮਾਉਂਦੇ ਨੇ ਅਬੂ ਬਕਰ ਨੂੰ ਕਹਿ ਦਿਓ ਲੋਕਾਂ ਦੀ ਜਮਾਤ ਕਰਵਾ ਛੱਡੇ ਮਾਂ ਐਸ਼ਾ ਕਹਿਣ ਲੱਗੀਆਂ ਸੋਹਣਿਆ ਅਬੂ ਬਕਰ ਦੀ ਬਜਾਏ ਉਮਰ ਨੂੰ ਕਹਿ ਦਿਓ ਤੇ ਮੇਰੇ ਆਕਾ ਅਲੀ ਸਲਾਮ ਫਰਮਾਉਂਦੇ ਨੇ ਮੋਰੂ ਆਬਾ ਅੱਬਾ ਕਰੇ ਫਾਲੀ ਉਹ ਸੱਲੇ ਬਿਨਾਸ ਆਇਸ਼ਾ ਕਮਲੀ ਹੋ ਗਈ ਏ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਾਇਨਾਤ ਦਾ ਰੱਬ ਕਹਿ ਰਿਹਾ ਏ ਮੈਂ ਨਹੀਂ ਕਹਿ ਰਿਹਾ ਕਾਇਨਾਤ ਦਾ ਰੱਬ ਕਹਿ ਰਿਹਾ ਏ ਕਿ ਸੋਨਿਆ ਅਬੂ ਬਕਰ ਨੂੰ ਆਖੋ ਤੁਹਾਡੇ ਮੁਸੱਲੇ ਤੇ ਅਬੂ ਬਕਰ ਤੇ ਇਲਾਵਾ ਰੱਬ ਨੂੰ ਦੂਜਾ ਪਸੰਦ ਹੀ ਕੋਈ ਨਹੀਂ ਇਸ ਮੌਕੇ ਤੇ ਤੁਹਾਡੇ ਮੁਸੱਲੇ ਤੇ ਅਬੂ ਬਕਰ ਹੀ ਖਲੋਣਗੇ ਦਸ ਰਬੀਉਲ ਅਵਲ ਨੂੰ ਸੋਹਰ ਦੀ ਨਮਾਜ਼ ਮੇਰੇ ਨਬੀ ਨੇ ਪੜਾਈ ਏ ਇਹਦੇ ਬਾਅਦ ਫਿਰ 11-12 ਰਬੀਉਲ ਅਵਲ ਦੀਆਂ ਨਮਾਜ਼ਾਂ جناب ابو بکر صدیق رضی اللہ تعالی عنہ نے پڑھائیاں میرے بھائی میں کل مکافیا اللہ 12 ربیع الاول دا دن چڑھ پیا ہے تے کائنات دے امام پیغمبر علی سرکار سیدہ مادی عائشہ صدیقہ رضی اللہ تعالی عنہ انہاں دی گود اندر میرے نبی نے سر رکھیا ہویا ਕੁਰਬਾਨ ਜਾਵਾ ਯਾਰ ਜਦੋਂ ਹਿਜਰਤ ਦਾ ਸਫ਼ਰ ਉਧਰ ਗੋਦ ਸਿੱਧੀਕ ਦੀ ਏ ਸਰ ਮੇਰੇ ਮੁਸਤਫਾ ਦਾ ਏ ਅੱਜ ਆਖਰਤ ਦਾ ਸਫ਼ਰ ਅੱਜ ਗੋਦ ਅਬੂ ਬਕਰ ਦੀ ਬੇਟੀ ਸਿੱਧੀ ਇਹ ਸਰ ਮੇਰੇ ਮੁਸਤਫਾ ਦਾ ਹੈ ਮੇਰੇ ਆਕਾ ਲਈ ਸਲਾਹ ਇਧਰੋ ਨਾ ਬਾਰ ਬਾਰ ਦਰਵਾਜ਼ਾ ਖਟਖਟਾਇਆ ਜਾ ਰਿਹਾ ਆਕਾ ਫਰਮਾਉਂਦੇ ਨੇ ਮੇਰੀ ਬੇਟੀ ਫਾਤਿਮਾ ਨੂੰ ਬੁਲਾਓ ਨਾ ਮੇਰੇ ਬੇਟੇ ਹਸਨ ਨੂੰ ਬੁਲਾਓ ਨਾ ਮੇਰੇ ਪਿਆਰੇ ਹੁਸੈਨ ਨੂੰ ਬੁਲਾਓ ਨਾ ਮੇਰੇ ਆਕਾ ਹਸਨ ਨਾਲ ਪਿਆਰ ਕਰ ਰਹੇ ਨੇ ਨਬੀ ਹੁਸੈਨ ਨਾਲ ਪਿਆਰ ਕਰ ਰਹੇ ਨੇ ਮੇਰੇ ਨਬੀ ਬੇਟੀ ਫਾਤਿਮਾ ਦੇ ਕੰਨ ਵਿੱਚ ਰਾਸ ਤਰਾਨਾ ਗੱਲਾਂ ਕਰੀ ਜਾ ਰਹੇ ਨੇ ਉਧਰੋਂ ਦਰਵਾਜ਼ਾ ਖਟਖਟਾਇਆ ਜਾ ਰਿਹਾ ਹੈ ਤੇ ਸੈਯਦਾ ਫਾਤਿਮਾ ਕਹਿਣ ਲੱਗੀਆਂ ਅੱਬੂ ਜੀ ਕੋਈ ਬਾਰ ਬਾਰ ਦਰਵਾਜ਼ਾ ਖਟਖਟਾ ਰਿਹਾ ਇਧਰੋਂ ਜਨਾਬ
جبریل آ گئے کہن لگے محبوب سونیا باہر دروازے تے اسرائیل کھڑے نے کہ اللہ حضور جلال دا کرے او اسرائیل ہر گھر دے اندر بغیر احساس تے چن تے روح قبر کر کے لے اونا ہے پر میرے نبی دی عظمت آ کہ میرے پاک نبی دے گھر بغیر احساس تے داخل نہیں ہونا سونیا پر اسرائیل کھڑے نے کائنات دا رب تواڈے نال ملاقات کرنا چاہندا ہے اللہ توانو اپنے کول بلانا چاہندے نے میرے آقا فرماندے نے فاطمہ بیٹی پتر تیرے ابو دے دروازے تے کوئی عام مسافر کوئی عام بندہ نہیں آیا بلکہ تیرے ابو دے دروازے تے او آیا کہ جیڑا آ جاندا تے کدے خالی نہیں جاندا اج تیرے ابو دے دروازے تے کون آیا کہ جیڑا ماواں دیاں گوتاں چوں لال چھیڑ کے لے جاندا ہے تیرے ابو دے دروازے تے کون آیا جیڑا بڈھے باپ دا لک توڑ کے چلا جاندا ہے تیرے باپ دے دروازے تے او آیا جیڑا بچیاں نوں یتیم کر جاندا ہے میرے آقا علیہ السلام سیدہ فاطمہ نال گلاں کر رہے نے تے ادھروں ماں عائشہ صدیقہ دی گود اندر میرے محبوب نے سر رکھے آئے تے اچانک ہی میرے آقا علیہ السلام نے اج اپنی شہادت والی انگلی چکاں دے پیر علیہ السلام نے آسمان دی طرف اٹھائی ہے نار میرے آقا پڑھتے نے لا الہ الا اللہ ان للسکرات الموت نار میرے آقا پڑھتے نے اللہم بالرفیق الاعلی اللہم بالرفیق الاعلی آسمان دی طرف انگلی اٹھائیے آہستہ آہستہ اج نبی دا ہاتھ نیچے آن لگ پیا ہے تے ماں عائشہ فرماندیاں نے میں چھڑتی نال اج اپنے محبوب دا ہاتھ پکڑیا ہے میں نو اپنے سینے نہ لگایا تے اینی دیر نو میرے نبی دی جان نکل گئی میرے پیغمبر دی روح پرواز کر گئی ہے انا للہ و انا الیہ راجعون سیدہ عائشہ روندی رہ گئی ہے سیدہ فاطمہ اکو دی جدائی وچ رو رہی ہے ادھروں بلال روئی جا رہے ہیں ادھروں جناب عمر روئی جا رہے ہیں یار انج مدینہ طیبہ دے اندر صفے ماتم بچھ گئی ہے کی ہویا اللہ دے نبی دنیا تو تشریف لا گئے میرے بھائی میرے برادر یارے تے اللہ دے قرآن دا فیصلہ ہے تائی تے میرے مالک نے فرمایا محبوب سونیا انکا میت و انہم میت ثم انکم یوم القیامت عند ربکم تحتسمون